ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਮੀਥ ਅਕੈਡਮੀ ਦੇ ਉੱਤੇ ਅੱਜ ਦੀ ਇਹ ਵੀਡੀਓ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਤਿੰਨ ਵਿਭਾਗਾਂ ਦੀਆਂ ਵੈਕੈਂਸੀਜ਼ ਆਊਟ ਕਰ ਦਿੱਤੀਆਂ ਗਈਆਂ ਬਹੁਤ ਹੀ ਵਧੀਆ ਮੌਕਾ ਤੁਹਾਡੇ ਕੋਲ ਆ ਚੁੱਕਾ ਹੈ 8ਵੀਂ ਪਾਸ 10ਵੀਂ ਪਾਸ 12ਵੀਂ ਗ੍ਰੈਜੂਏਸ਼ਨ ਡਿਪਲੋਮਾ ਡਿਗਰੀ ਅਤੇ ITI ਵਾਲੇ ਵਾਸਤੇ ਵੀ ਵੈਕੈਂਸੀਜ਼ ਆਊਟ ਕਰਿਆ ਗਈਆਂ ਹਨ ਸੋ ਕਿੱਦਾਂ ਅਪਲਾਈ ਕਰਨਾ ਕਿਹੜੇ-ਕਿਹੜੇ ਵਿਭਾਗ ਦੀਏ ਵੈਕੈਂਸੀਜ਼ ਨੂੰ ਆਊਟ ਕਰ ਦਿੱਤਾ ਗਿਆ ਆ ਕਿੱਦਾਂ ਅਪਲਾਈ ਕਰਨਾ ਸਾਰਾ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਕਲੀਅਰ ਕਰਾਂਗੀ ਔਰ ਫਰੈਸ਼ਰ ਕੈਂਡੀਡੇਟਸ ਲਈ ਬਹੁਤ ਵਧੀਆ ਮੌਕਾ ਆ ਚੁੱਕਾ ਆ ਫਰੈਸ਼ਰ ਕੈਂਡੀਡੇਟਸ ਲਈ ਤੁਹਾਨੂੰ ਪਤਾ ਵੈਕੈਂਸੀ ਜਿਹੜੇ ਕੱਟ ਆ ਰਹੀ ਐ ਸੀ ਉਹ ਵੀ ਗਵਰਨਮੈਂਟ ਵੈਕੈਂਸੀਜ਼ ਉਹ ਵੀ ਪੰਜਾਬ ਲੋਕੇਸ਼ਨ ਦੇ ਲਈ ਤਾਂ ਫਾਈਨਲੀ ਅਫੀਸ਼ੀਅਲ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ ਜਾ ਚੁੱਕਾ ਆ ਕਿੱਦਾਂ ਅਪਲਾਈ ਕਰਨਾ ਸਾਰਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੀ 1 ਬਾਈ 1 ਤੁਹਾਨੂੰ ਨੋਟੀਫਿਕੇਸ਼ਨ ਦੱਸਾਂਗੀ ਬਰੀਫ ਦੇ ਵਿੱਚ ਉਸ ਤੋਂ ਪਹਿਲਾਂ ਇਕਮੈਂਟ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਵੇ ਤਾਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਓ ਇਹਨਾਂ ਤੁਹਾਨੂੰ ਫ੍ਰੀ ਦੇ ਵਿੱਚ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਜਦ ਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ ਜਸਨਾ ਚਾਹਵਾਂਗੀ ਪੰਜਾਬ ਦੇ ਵਿੱਚ ਇਸ ਰਿਕਰੂਟਮੈਂਟ ਤੋਂ ਇਲਾਵਾ ਦੋ ਤੋਂ ਤਿੰਨ ਹੋਰ ਨੋਟੀਫਿਕੇਸ਼ਨ ਆਈ ਹੈ ਮੈਂ ਆਪਣੇ ਆਫੀਸ਼ਲ ਸਾਈਟ ਤੇ ਹੁਣੇ-ਹੁਣੇ ਅਪਡੇਟ ਕਰਕੇ ਆ ਚੁੱਕੀ ਹਾਂ ਫਰਸਟ ਔਰ ਸੈਕਿੰਡ ਪੇਜ ਤੇ ਤੁਹਾਨੂੰ ਜਾਣਕਾਰੀ ਮਿਲ ਜੂਗੀ ਤੇ ਪਟਵਾਰੀ ਦਾ ਇੱਕ ਹੋਰ ਲੇਟੈਸਟ ਅਪਡੇਟ ਆ ਗਿਆ ਉਹ ਵੀ ਮੈਂ ਆਪਣੀ ਸਾਈਟ ਤੇ ਅਪਡੇਟ ਕਰਕੇ ਆ ਚੁੱਕੀ ਹਾਂ ਉਹਦੀ ਜਾਣਕਾਰੀ ਤੁਸੀਂ ਉੱਥੇ ਜਾ ਕੇ ਲੈ ਸਕਦੇ ਆ ਬਿਨਾਂ ਟਾਈਮ ਵਾਈਜ਼ ਕਿਤੇ ਗੱਲ ਕਰਾਂਗੇ ਜਿਹੜੀ ਡਿਪਾਰਟਮੈਂਟ ਦੀ ਵੈਕੈਂਸੀਜ਼ ਆਊਟ ਪੰਜਾਬ ਦੇ ਵਿੱਚ ਕੀਤੀਆਂ ਗਈਆਂ ਤਿੰਨ ਅਲੱਗ-ਅਲੱਗ ਡਿਪਾਰਟਮੈਂਟ ਹਨ ਇਹਦੇ ਵਿੱਚ ਵੈਕੈਂਸੀਜ਼ ਆਊਟ ਕਰ ਦਿੱਤੀਆਂ ਗਈਆਂ ਸਭ ਤੋਂ ਪਹਿਲੇ PAU ਯਾਨੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇੱਕ ਨੋਟੀਫਿਕੇਸ਼ਨ ਪਹਿਲਾਂ ਆਇਆ ਸੀਗਾ ਇੱਕ ਹੁਣ ਆਇਆ ਆ ਸੋ ਵਧੀਆ ਹੋਊਗਾ ਤੁਹਾਡੇ ਕੋਲ ਇੱਥੇ ਆ ਚੁੱਕਾ ਹੈ ਸਾਰੇ ਮੇਲ ਅਤੇ ਫੀਮੇਲ ਪੰਜਾਬ ਦੇ ਅਪਲਾਈ ਕਰ ਸਕਦੇ ਆ ਇਹ ਵਾਲਾ ਲਿੰਕ ਬਹੁਤ ਇੰਪੋਰਟੈਂਟ ਹੈ ਲੇਟੈਸਟ ਪੰਜਾਬ ਗਵਰਨਮੈਂਟ ਜੌਬਸ ਜਿਹੜੀਆਂ ਰੀਸੈਂਟਲੀ ਆਊਟ ਕੀਤੀਆਂ ਗਈਆਂ ਉੱਥੇ ਕਲਿੱਕ ਕਰਕੇ ਤੁਸੀਂ ਚੈੱਕ ਕਰ ਸਕਦੇ ਆ ਪੰਜਾਬ ਦੀ ਕਿਸੇ ਵੀ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਸਟੱਡੀ ਮਟੀਰੀਅਲ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚੋਂ ਡਾਊਨਲੋਡ ਕਰ ਸਕਦੇ ਆ ਇਦਿ ਜਿਹੀ ਜਿਹੀ ਐਪਲੀਕੇਸ਼ਨ ਫੀ ਹੈ ਲਗ ਲਗ ਪੋਸਟ ਵਾਈ ਹੈ ਕਿਸੇ ਦੇ ਵਾਸਤੇ 100 ਹੈ ਕਿਸੇ ਦੇ 200 ਕਿਸੇ ਦੇ 800 ਕਿਸੇ ਦੇ 1100 ਲਗ ਲਗ ਪੋਸਟ ਵਾਈਜ਼ ਹੈ ਤੁਸੀਂ ਚੈੱਕ ਕਰ ਸਕਦੇ ਆ ਉਸ ਤੋਂ ਬਾਅਦ ਦੇਖੋ ਪੰਜਾਬ ਪੁਲਿਸ ਭਰਤੀ ਦਾ ਇਹ ਲਿੰਕ ਹੈ ਜਿਹੜਾ ਕਿ ਅਪਡੇਟ ਆਇਆ ਹੋਇਆ ਹੈ ਲੇਟੈਸਟ ਵੈਕੈਂਸੀ ਤੁਹਾਨੂੰ ਪਤਾ ਹਜੇ ਨਹੀਂ ਆਣੀ ਹੈ ਲੈਟ ਹੈ ਲੇਕਿਨ ਅਪਡੇਟ ਜਿਹੜਾ ਆਇਆ ਤੁਸੀਂ ਜਾ ਕੇ ਜੁਰ ਚੈੱਕ ਕਰ ਲਿਓ ਤਨਖਾਹ ਤੁਹਾਡੀ ਇਹਦੇ ਵਿੱਚ 9000 ਤੋਂ 25000 ਪਰ ਮੰਥ ਰਹੂਗੀ ਪੋਸਟਾਂ ਦੀ ਆਪਾਂ ਗੱਲ ਕਰੀਏ ਇਹਦੇ ਵਿੱਚ ਪਟਵਾਰੇ ਕੰਟਰੋਲਰ ਲੈਬ ਹੈਲਪਰ ਜੂਨੀਅਰ ਫੀਲਡ ਸਕਾਉਟ ਜੂਨੀਅਰ ਰਿਸਰਚ ਫੈਲੋ ਸਟੂਡੈਂਟ ਫੈਲੋ ਤੇ ਇਸ ਤੋਂ ਇਲਾਵਾ 10 12 ਤਰ੍ਹਾਂ ਦੀਆਂ ਹੋਰ ਵੈਕੈਂਸੀਜ਼ ਆਊਟ ਕੀਤੀਆਂ ਆ 8ਵੀਂ ਪਾਸ 10ਵੀਂ 12ਵੀਂ ਗ੍ਰੈਜੂਏਸ਼ਨ ਡਿਪਲੋਮਾ ਡਿਗਰੀ ਤੇ ਲਈ ਠੀਕ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਕੁਆਲਿਫੀਕੇਸ਼ਨ ਇਹਨਾਂ ਅਲੱਗ-ਅਲੱਗ ਦਿੱਤੀ ਹੋਈ ਹੈ ਤੁਸੀਂ ਪੜ੍ਹ ਲਿਓ ਕਿ ਇਸ ਪੋਸਟੇ ਕਿੰਨੀ ਕੁਆਲਿਫੀਕੇਸ਼ਨ ਹੈ ਬਾਕੀ ਇਸ ਪੋਸਟ ਦੇ ਵਾਸਤੇ ਇਸ ਜੋਬ ਦੇ ਲਈ ਤੁਸੀਂ ਇਹਨਾਂ ਆਫਲਾਈਨ ਅਪਲਾਈ ਕਰਨੇ ਆ ਇਹ ਨੋਟੀਫਿਕੇਸ਼ਨ ਅਲੱਗ-ਅਲੱ ਨੂੰ ਲਿੰਕ ਮਿਲ ਜੂਗੇ ਨੋਟੀਫਿਕੇਸ਼ਨ ਤੇ ਉਹ ਰੀਡ ਕਰਕੇ ਠੀਕ ਹੈ ਤੁਸੀਂ ਫਿਲ ਕਰਕੇ ਜਿਹੜਾ ਤੁਸੀਂ ਪਲੇਨ ਪੇਪਰ ਤੇ ਆਪਣੀ ਰਿਕੁਆਇਰਡ ਡਿਟੇਲਸ ਫਿਲ ਕਰਕੇ ਨਾਲ ਤੁਸੀਂ ਡਿਮਾਂਡ ਡਰਾਫਟ ਲਗਾਣਾ ਹੈ ਠੀਕ ਹੈ ਪੀਏਯੂਜ਼ ਫੇਵਰ ਦੇ ਵਿੱਚ ਉਹਨਾਂ ਨੇ ਮੈਂਸ਼ਨ ਵੀ ਕਰਿਆ ਹੋਇਆ ਤਾਂ ਤੁਸੀਂ ਇਹਦੇ ਮੈਂਸ਼ਨ ਅਡਰੈਸ ਤੇ ਭੇਜਣਾ ਹੈ ਹੁਣ ਆਪਾਂ ਚੱਲਦੇ ਸੈਕਿੰਡ ਨੋਟੀਫਿਕੇਸ਼ਨ ਦੇ ਉੱਤੇ ਅਗਲਾ ਜਿਹੜਾ ਨੋਟੀਫਿਕੇਸ਼ਨ ਆ ਚੁੱਕਾ ਹੈ ਫੋਰੈਸਟ ਡਿਪਾਰਟਮੈਂਟ ਵੱਲੋਂ ਆਇਆ ਹੋਇਆ ਹੈ ਤੁਹਾਡੀ ਸੈਲਰੀ ਜਿਹੜੀ 10300 ਤੋਂ ਲੈ ਕੇ 34800 ਪਲੱਸ 3200 ਗ੍ਰੇਡ 'ਤੇ ਰਹੂਗਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਤਿੰਨ ਦੇ ਵਿਭਾਗਾ ਦੀ ਨੋਟੀਫਿਕੇਸ਼ਨ ਆਈ ਆਪਾਂ ਪਹੁੰਚ ਚੁੱਕੇ ਹਾਂ ਸੈਕਿੰਡ ਨੋਟੀਫਿਕੇਸ਼ਨ ਦੇ ਉੱਤੇ ਜਿਹਦੇ ਵਿੱਚ ਫੋਰੈਸਟ ਗਾਰਡ ਫੋਰੈਸਟਰ ਦੀ ਵੈਕੈਂਸੀਸ ਆਊਟ ਕੀਤੀਆਂ ਗਈਆਂ 20 ਪੋਸਟਾਂ ਨੇ ਔਰ ਫਰੈਸ਼ਰ ਕੈਂਡੀਡੇਟਸ 'ਤੇ ਬਹੁਤ ਜ਼ਿਆਦਾ ਵਧੀਆ ਮੌਕਾ ਆ ਚੁੱਕਾ ਹੈ ਉਸ ਤੋਂ ਬਾਅਦ ਤੁਸੀਂ ਟੌਪ 5 ਗਵਰਨਮੈਂਟ ਜੌਬਸ 2020 ਦੀ ਜਿਹੜੀ ਆਈਆਂ ਹੋਈਆਂ ਚੈੱਕ ਕਰ ਸਕਦੇ ਆ ਇੱਥੇ ਪਟਵਾਰੀ ਦਾ ਲੇ ਕੇ ਜਾ ਕੇ ਜਾਣਕਾਰੀ ਲੈ ਸਕਦੇ ਆ ਔਰ ਇੱਥੇ ਤੁਸੀਂ ਸਟਾਫ ਨਰਸ ਦੀ ਵੈਕੈਂਸੀਜ਼ ਬਾਰੇ ਇਨਫੋਰਮੇਸ਼ਨ ਲੈ ਸਕਦੇ ਆ ਆਈਟੀਵੀ ਵੀ ਬੀਐਸਐਫ ਤੇ ਸੀਆਰਪੀਐਫ ਦੀ ਵੈਕੈਂਸੀਜ਼ ਆ ਠੀਕ ਹੈ 18 ਤੋਂ 37 ਸਾਲ ਤੁਹਾਡੀ ਉਮਰ ਹੈ ਅਪਲਾਈ ਕਰ ਸਕਦੇ ਆ ਪਲੱਸ ਰਿਲੈਕਸੇਸ਼ਨ ਤੁਹਾਨੂੰ ਦਿੱਤਾ ਜਾਊਗਾ ਇਹਦੇ ਵਾਸਤੇ ਪਲੱਸ 2 ਵਾਲੇ ਅਪਲਾਈ ਕਰ ਸਕਦੇ ਆ ਜਿਨ੍ਹਾਂ ਨੇ ਰੀਕਗਨਾਈਜ਼ ਬੋਰਡ ਇੰਸਟੀਚਿਊਟ ਤੋਂ ਕੀਤੀ ਹੋਈ ਆ ਇਹ ਅਪਲਾਈ ਆਨਲਾਈਨ ਦਾ ਲਿੰਕ ਹੈ ਔਰ ਹੈਗਾ ਆਫੀਸ਼ੀਅਲ ਨੋਟੀਫਿਕੇਸ਼ਨ ਦਾ ਕੋਈ ਦਿੱਕਤ ਆਉងਗੀ ਤੁਹਾਨੂੰ ਕਮੈਂਟ ਕਰਕੇ ਸਾਨੂੰ ਜਰੂਰ ਪੁੱਛਿਓ ਹੁਣ ਆਪਾਂ ਚੱਲਦੇ ਆਂ ਥਰਡ ਨੋਟੀਫਿਕੇਸ਼ਨ ਦੇ ਉੱਤੇ ਅਗਲਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਵੱਲੋਂ ਕੀਤਾ ਗਿਆ ਹੈ ਨਵਾਂ ਨੋਟੀਫਿਕੇਸ਼ਨ ਹੈ ਬਿਲਕੁਲ 598 ਪੋਸਟਾਂ ਸਟਾਫ ਨਰਸੀਆਂ ਆਊਟ ਕੀਤੇ ਗਏ ਆ ਇਹਦੀ ਐਲੀਜੀਬਿਲਟੀ ਲਈ ਮੈਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਚ ਦੇ ਦਿੱਤਾ ਹੈ ਆਖਰੀ ਤਰੀਕ ਤਿੰਨਾ ਨੋਟੀਫਿਕੇਸ਼ਨ ਦੇ ਲਈ 20 ਅਕਤੂਬਰ 2020 ਆ ਕੋਈ ਕੁਐਸਚਨ ਹੋਗਾ ਕਮੈਂਟ ਕਰਕੇ ਜ਼ਰੂਰ ਪੁੱਛੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ